ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਆਹੋ ਸਹਾਏ ਅਰਜੁਨ ਅਰਜੁਨ ਨੂੰ ਸਿਮਰੋ ਸ੍ਰੀ ਰਾਜ ਸ੍ਰੀ ਕ੍ਰਿਸ਼ਨ ਧਿਆਈਆ ਜੀ ਮਿੱਠੇ ਸਭ ਜਾਏ ਤੇਗ ਬਹਾਦਰ ਸਿਮਰੈ ਕਰਨਾ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠਵੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਲ ਸੁੱਖ ਸ਼ਾਂਤੀ ਤਾਣੀ ਸੇਵਕ ਪੁਰਾਣ ਨੂੰ ਕੜਾਹ ਪ੍ਰਸ਼ਾਦ ਦੇਵ ਗੁਰੂ ਕਾ ਲੰਗਰ ਹਾਜ਼ਰ ਹੈ ਦਰ ਪਰਿਵਾਰ ਵਿੱਚ ਪਰਵਾਨ ਹੈ ਕੜਾਹ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਸਮੂਹ ਸੰਗਤ ਵਰਤਾਉਣ ਦੀ ਆਗਿਆ ਹੋਵੇ ਕਰੋ ਕਿਰਪਾ ਆਪ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜਿਸ ਸ੍ਰੀ ਗੁਰਮੁਖ ਪਿਆਰੇ ਮੇਵ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤਿਆ ਹੋਵੇ ਨਾਨਕ ਨਾਮ
Thank you.
Oh,
ਜਿਨ੍ਹਾਂ ਸੰਗਾਂ ਸੰਗਣੀਆਂ ਧਰਮੇ ਸਿਹਤ ਤੇ ਮਨ ਮਨ ਕਟਵਾਈ ਕੇਸਾਂ ਸਵਾਸਾਂ ਸੰਗਵਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਾ ਵੈ ਜਿੱਥੇ ਅਮਕਾ ਸਦਕਾ ਸਰ ਸੁੱਖ ਹੋਇ ਜਹਾਂ ਜਹਾਂ ਖਾਲਸਾ ਜੀ ਉਹਨਾਂ ਦੇ ਗੜ ਕੀ ਪੈਰ ਬਾਦਕੀ ਜੀ ਸ੍ਰੀ ਸਾਹਿਬ ਸਹਾਇ ਖਾਨ ਕੇਸ ਦਾਨ ਰਹਿ ਦਾਨ ਪਏ ਖਾਨ ਪ੍ਰਸਾਦ ਦਾਨ ਭਰੋਸਾ ਦਾਨ ਦਾਨਾ ਸਰਦਾਰ ਗੁਰਮਤ ਦੇ ਦਵਾਰ ਸਜਾਏ ਸਜੇ ਦਵਾਰ ਵਿੱਚ ਸਮੂਹ ਪਰਿਵਾਰ ਤੇ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਰੀਰ ਤੋਂ ਵਿੱਚ ਪਿੱਛੇ ਪਰਿਵਾਰ ਨੂੰ ਸੰਬੰਧੀਆਂ ਨੂੰ ਗੁਰਮਤ ਅਨੁਸਾਰ ਭਾਣਾ ਮੰਨਣ ਦਾ ਬਖਸ਼ਣਾ ਭਾਵ ਸੁਖ ਸ਼ਾਂਤੀ ਦਾਣੀ ਸੇਵਕ ਪਰਿਵਾਰ ਨੂੰ ਕੜਾਹ ਪ੍ਰਸ਼ਾਦ ਦੀ ਦੇਵ ਗੁਰੂ ਕਾ ਲੰਗਰ ਹਾਜ਼ਰ ਦਰ ਪਰਿਵਾਰ ਵਿੱਚ ਪਰਿਵਾਰ ਕੜਾਹ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਸਮੂਹ ਸੰਗਤ ਵਰਤਾਉਣ ਦੀ ਆਗਿਆ ਹੋਵੇ ਕਰੋ ਕਿਰਪਾ ਆਪ ਨੂੰ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜਿਸ ਸ੍ਰੀ ਗੁਰਮੁਖ ਪਿਆਰੇ ਮੇਵ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੁੱਕਿਆ ਹੋਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਅਕਾਲ ਕੀ ਪਰਮੇਸ਼ਰ ਲਾਇਓ ਪੰਥ ਸਭ ਸੰਗਤ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਗੁਰੂ ਪ੍ਰਭ ਕੋ ਮਿਲ ਬੋਛੈ ਰਾਜ ਕਰੇਗਾ ਖਾਲਸਾ ਵਾਹਿ ਸਭ ਮਿਲਣਗੇ ਸਿਮਰਨ ਦੇ ਤਰਾ ਤੁਮ ਰੱਖਣ ਹਰੇ ਪਾਵਕ ਸਾਗਰ ਵਾਹਿਗੁਰੂ ਸਾਹਿਬ ਜੀ ਤੇ ਅਡੰਗ ਘਰ ਦੂਜਾ ਮਹਲਾ ਪੰਜਵਾਂ ਤੁਧ ਬਿਨਾ ਦੂਜਾ ਨਹੀਂ ਕੋਈ ਤੂੰ ਕਰਤਾਰ ਕਰਹਿ ਸੋਏ ਤੁਧ ਬਿਨਾ ਦੂਜਾ ਨਹੀਂ ਕੋਈ ਤੂੰ ਕਰਤਾਰ ਕਰਹਿ ਸੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਮਨਹਾਰ ਅਗਾਮੇ ਅਗਾ ਦਿਉਚੇ ਅਪਾਰ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਈ
ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਇਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਪਾਸ਼ੋ ਧੂਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸ਼ੋ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਔਰ ਸਾਖ ਸੰਬੰਧੀ ਜਿਨ੍ਹਾਂ ਦਾ ਪਿਆਰਾ ਮਿੱਤਰ ਉਹ ਪਿਆਰਾ ਵੀਰ ਉਹ ਹੋਣਹਾਰ ਸਾਖ ਪਰਮਜੀਤ ਸਿੰਘ ਜੋ ਸਾਡੇ ਤੋਂ ਵਿਛੜ 2 ਪਰਿਵਾਰ ਰਠੌਰ ਪਰਿਵਾਰ ਅਤੇ ਮਿਠਾਸ ਪਰਿਵਾਰ ਉਸ ਪਰਮਾਤਮਾ ਦਾ ਜੋ ਹੁਕਮ ਆ ਜਿੱਥੇ ਰਹਿ ਕੇ ਪਾਣਾ ਮੰਨਣਾ ਪਵੇਗਾ। ਅਰਦਾਸ ਆਪਾਂ ਸਾਰਿਆਂ ਨੇ ਰਲ ਕੇ ਕੀਤੀ ਹੈ ਔਰ ਗੁਰੂ ਮਹਾਰਾਜ ਜੀ ਕੇ ਇਹੀ ਅਰਦੂਈ ਆਪਾਂ ਸਾਰੇ ਕਰੀਏ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਬਹੁਤ ਵੱਡਾ ਖਰਾਬ ਹੈ। ਉਹ ਇੰਨੀ ਜਲਦੀ ਜਾਣਾ ਨਹੀਂ ਸੀ ਹੁਣ ਚਾਹੀਦਾ, ਪਰ ਹੁਕਮ ਹੈ ਜੋ ਲਿਖਿਆ ਚਲਾ। ਮਾਤਾ ਉਹਨਾਂ ਦੇ ਬਜ਼ੁਰਗ ਨੇ, ਉਹ ਬੈਠੇ ਨੇ, ਪਿਤਾ ਦੱਸ ਆਇਆ ਪਹਿਲਾਂ ਉੱਠ ਕੇ। ਫੌਜ 'ਚ ਬਹੁਤ ਵਧੀਆ ਤਰੀਕੇ ਦੇ ਅਫਸਰ ਸੀ ਅਤੇ ਬੜੀ ਸੇਵਾ ਕਰਦਾ। ਇੱਧਰੋਂ ਸਹੁਰਾ ਸਾਹਿਬ ਸਰ ਸੁਖਜੀਤ ਸਿੰਘ ਜੀ ਮੇਰੇ ਨਾਲ ਸਾਬਕਾ ਸਪੀਕਰ ਅਤੇ ਸਾਡੇ ਭਾਬੀ ਜੀ ਉਹਨਾਂ ਦੇ ਮਿਸਿਜ ਮਿਸਿਜ ਮਨਜੀਤ ਕੌਰ ਦੋਵੇਂ ਬਿਰਧ ਅਵਸਥਾ। ਆਪਾਂ ਸੋਚ ਸਕਦੇ ਹਾਂ ਕਿ ਇਹਨਾਂ ਹਾਲਾਤਾਂ 'ਚ ਮਾਂ ਦੇ ਬੈਠਿਆਂ ਇੱਕ ਨੌਜਵਾਨ ਬੱਚਾ ਔਰ ਜਿਹੜਾ ਡਿਪਟੀ ਚੀਫ ਇੰਜੀਨੀਅਰ ਪੰਜਾਬ ਰਾਜ ਬਿਜਲੀ ਬੋਰਡ 'ਚ ਥੱਲੇ ਤੋਂ ਰਹਿ ਕੇ ਉੱਤੇ ਤੱਕ ਆਪਣੀ ਲਿਆਕਤ, ਆਪਣੀ ਇਮਾਨਦਾਰੀ, ਆਪਣੇ ਸੁਭਾਅ, ਆਪਣੀ ਨੇਕ ਦਿਲੀ ਨਾਲ ਇੱਥੇ ਪਹੁੰਚਿਆ। ਸਹਿਮਤ ਹੋਵੋ ਤਾਂ ਮੈਨੂੰ ਇਹ ਲੱਗਦਾ ਕਿ ਇੱਦਾਂ ਰਹਿਣ ਦੇਣਾ ਚਾਹੀਦਾ। ਹੁਣ ਦੀ ਪਤਨੀ ਜਿਹੜੀ ਹੈ ਨਵਜੋਤ ਕੌਰ, ਉਹ ਸੁਗਰ ਅਤੇ ਸਿਆਣੀ ਹੈ, ਪੜ੍ਹੀ ਲਿਖੀ ਹੈ। ਕਦੇ ਇਸੇ ਖਿਆਲ 'ਚ ਅਸੀਂ ਸੋਚਦੇ ਹਾਂ ਕਿ ਸਾਨੂੰ ਉਹ ਗੁਰੂ ਮਹਾਰਾਜ ਪੁੱਠੇ ਪਾਸੇ ਨਾ ਤੋਰੇ ਅਤੇ ਸਾਨੂੰ ਬਹੁਤੇ ਵੱਡੇ ਮਕਾਨਾਂ ਦੀ ਲੋੜ ਹੈ। ਮਨ ਦੀ ਸ਼ਾਂਤੀ ਦੀ ਲੋੜ ਹੈ, ਪਿਆਰ ਦੀ ਲੋੜ ਹੈ, ਸਤਿਕਾਰ ਦੀ ਲੋੜ ਹੈ। ਇਹ ਫਿਰ ਮੇਰੇ ਕੋਲ ਚਲੇ ਜਾਣਾ। ਮੈਂ ਦੋਨਾਂ 'ਚੋਂ ਇੱਕ ਪੱਖ ਸੋਚਦਾ, ਉਹਨਾਂ ਦੋਨਾਂ 'ਚੋਂ ਮੈਨੂੰ ਇਹ ਕੁਝ ਚੰਗਾ ਲੱਗਦਾ। ਮੈਂ ਕਿਹਾ ਸ਼ਾਬਾਸ਼ ਪੁੱਤ,
ਬਹੁਤ ਵਧੀਆ ਸੇਵਾ ਕੀਤੀ। ਲੋੜਵੰਦਾਂ ਦੀ ਸੇਵਾ, ਬੱਚੇ ਜਿਸ ਦੀ ਪੜ੍ਹਾਈ ਨਹੀਂ ਹੋ ਰਹੀ, ਕਿਤੇ ਪੈਨਸਲਾਂ ਦੀ ਲੋੜ ਹੈ, ਕਿਤੇ ਕਿਤਾਬਾਂ ਦੀ ਲੋੜ ਹੈ, ਕਿਤੇ ਫੀਸ ਦੀ ਲੋੜ ਹੈ। ਇਹ 3 ਮਹੀਨੇ ਦੀ ਫੀਸ ਹੈ ਅਤੇ ਉਹਨੂੰ ਕਹਿੰਦਾ ਵੀ ਆ ਜੋ ਤਾਂ ਸਾਲ ਦੀ ਫੀਸ ਨੂੰ ਦੇ ਦੇ ਅਤੇ ਬੱਚੇ ਨੂੰ ਪੜ੍ਹਾਓ। ਫੀਸ ਕਰਕੇ ਕਿਤੇ ਪੜ੍ਹਨ ਨਾ ਰਹਿ, ਜੇ ਦਵਾਈ ਦੀ ਲੋੜ ਹੈ ਅਤੇ ਦਵਾਈ ਵੀ ਹਸਪਤਾਲ 'ਚ ਜਾ ਕੇ ਪੁੱਛ ਕੇ ਦੇ ਜਾਂਦੀ ਕਿੰਨੀ ਦੇਰ ਦੀ ਦਵਾਈ ਹੈ, 10 ਦਿਨ ਦੀ ਦਵਾਈ ਤਾਂ ਮੈਂ ਤੁਹਾਨੂੰ ਦੇ ਜਾਂਦਾ, ਫਿਰ ਲੋੜ ਪੈ ਗਈ ਮੈਨੂੰ ਆਹ ਨੰਬਰ ਇੱਦਾਂ ਕਰ ਦੇ। ਇੱਕ ਇੱਦਾਂ ਦਾ ਇਨਸਾਨ, ਇੱਕ ਹੀਰਾ ਸਾਡਾ ਉਹ ਬੱਚਾ, ਸਬਰ ਅਤੇ ਸੰਤੋਖ 'ਚ ਗੁੜ ਨਾਲ ਵੀ ਰੋਟੀ ਖਾ ਲੈਣੀ, ਅਚਾਰ ਨਾਲ ਵੀ ਰੋਟੀ ਖਾ ਲੈਣੀ। ਘਰ ਆਇਆ ਨੂੰ ਇੱਕ ਦਿਨ ਮੈਂ ਕਿਹਾ ਮੰਗਵਾ ਲਿਆ ਬੇਟਾ, ਅਤੇ ਇੱਕ ਪਨੀਰ ਮੰਗਾ ਲਿਆ ਅਤੇ ਇੱਕ ਦਾਲ ਮੰਗਾ ਲਿਆ, ਘਰ ਇੱਕ ਸਬਜ਼ੀ ਬਣੀ ਹੈ ਅਤੇ ਜਵਾਈ ਪਾਇਆ ਹੈ। ਮੇਰੀ ਡਾਕਟਰ ਨਾਲ ਕਹਿੰਦਾ, ਕਹਿੰਦਾ ਜਸਵੀਰ ਜਦੋਂ ਰੋਟੀ ਖਾਂਦਾ ਹੁੰਦਾ ਉਦੋਂ ਕੁਛ ਚੀਜ਼ ਹੋਰ ਮੰਗਵਾਉਂਦੇ ਹੋ? ਮੈਂ ਕਿਹਾ ਜੋ ਬਣਿਆ ਖਾਂਦਾ, ਉਹ ਖਾਂਦਾ ਅਤੇ ਫਿਰ ਮੈਂ ਵੀ ਉਹੀ ਕਹਿੰਦਾ ਖਾਵਾਂਗਾ, ਮੈਂ ਵੀ ਤੁਹਾਡਾ ਪੁੱਤਰ, ਜਵਾਈ ਪਾਈ ਨਾ ਸੋਚੋ ਮੈਂ ਤੁਹਾਡਾ ਬੇਟਾ ਵਾ, ਤੂੰ ਮੈਨੂੰ ਉਸੇ ਤਰ੍ਹਾਂ ਚਲੋ, ਮੈਨੂੰ ਇਹਦੇ 'ਚ ਜ਼ਿਆਦਾ ਖੁਸ਼ੀ ਮਿਲੇਗੀ। ਇਸ ਸਾਦਗੀ ਭਰਿਆ ਜੀਵਨ ਨੂੰ ਜੀ ਕੇ ਗਿਆ, ਜਿੱਥੇ ਆਪਾਂ ਗੁਰੂ ਅੱਗੇ ਅਰਦਾਸ ਕੀਤੀ ਉੱਥੇ ਰੂਹ ਕਲਿਆਣਤਾ ਦੀ, ਉੱਥੇ ਮਿਲ ਜੁਲ ਕੇ ਸਾਰੇ ਆਪਾਂ ਵੀ ਅਰਦਾਸ ਆਪਣੇ ਮਨ 'ਚ ਕਰੀਏ ਕਿ ਪਿੱਛੇ ਜਿਹੜਾ ਪਰਿਵਾਰ ਉਹਨਾਂ ਦੇ ਬੱਚੇ ਨੇ, ਉਹ ਮੈਨੂੰ ਕਹਿੰਦੀ ਸੀ ਅੰਕਲ ਜੀ ਕੁਛ ਨਹੀਂ ਚਾਹੀਦਾ, ਆਸ਼ੀਰਵਾਦ ਮੈਨੂੰ ਬਜ਼ੁਰਗਾਂ ਦਾ ਚਾਹੀਦਾ, ਅਸੀਂ ਆਪਣਾ ਗੁਜ਼ਾਰਾ ਚਲੇ ਵੀ ਗਏ ਬੜੇ ਵਧੀਆ ਤਰੀਕੇ ਨਾਲ, ਜੇ ਸਬਰ ਸੰਤੋਖ ਨਾਲ ਉਹ ਸਾਨੂੰ ਛੱਡ ਗਏ ਸਿਖਾ ਗਏ ਉਸ ਵਿੱਚ ਕਰ ਸਕਦੇ, ਪਰ ਸੰਗਤਾਂ ਦਾ ਅਤੇ ਗੁਰੂ ਦਾ ਮੈਨੂੰ ਆਸ਼ੀਰਵਾਦ ਮਿਲੇ। ਗੁਰੂ ਕਿਰਪਾ ਕਰੇ ਆਪਾਂ ਸਾਰੇ ਮਨ 'ਚ ਅਰਦਾਸ ਕਰੀਏ ਕਿ ਉਹਨਾਂ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਗੁਰੂ ਬਖਸ਼ੇ। ਉਸ ਪਰਮਜੀਤ ਸਿੰਘ ਜੋ ਚਲਾ ਗਿਆ, ਉਹਨਾਂ ਦੇ ਬੇਟੇ ਉਹਨਾਂ ਦੇ ਕਸ਼ਮ ਲਸ਼ਕਰੀ ਪੁਰਤਾਂ ਦੇ ਚੱਲਣ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਦੇਸ਼ ਅਤੇ ਸਮਾਜ ਦੀ ਸੇਵਾ ਜਿਹੜੀ ਉਹ ਕਰਕੇ ਕਾਇਆ ਵਿੱਚ ਛੱਡ ਗਏ ਉਹਨੂੰ ਪੂਰੀ ਕਰਨ। ਮਹਾਰਾਜ ਸਾਹਿਬ ਬੈਠੇ ਵਿਚਾਰੇ, ਇਹ ਕਈ ਵਾਰੀ ਸੋਚਦੇ ਹਾਂ ਜੀ ਕਿ ਇੰਨੀ ਸੇਵਾ ਪੁਰਖ ਦੀ ਕੀਤੀ, ਇੰਨੇ ਵਿਦਵਾਨ, ਇੰਨੀ ਛੋਟੀ ਪਨੀਰੀ ਤੋਂ ਔਲ ਇੰਡੀਆ ਸਿੱਖ ਸੂਬੇ ਨੂੰ ਪ੍ਰਧਾਨ ਹੁੰਦਿਆਂ ਹੋਇਆ, ਤੀਜੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਕੈਂਪ ਲਾ ਕੇ ਉਹਨਾਂ ਨੂੰ ਗੁਰਸਿੱਖੀ ਨਾਲ ਜੋੜਨਾ, ਚੰਗੇ ਕੰਮ ਕਰਦੇ ਰਹਿਣਾ, ਔਰ ਸਾਰੀ ਉਮਰ ਬਹੁਤ ਵੱਡੇ ਅਹੁਦਿਆਂ 'ਤੇ ਰਹਿ ਕੇ ਸੇਵਾ ਨੂੰ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਲਈ ਵੀ ਬਹੁਤ ਮੁਸ਼ਕਲ। ਉਹ ਕਹਿੰਦੇ ਪੋਬਲੀ ਸਾਹਿਬ ਮੇਰੇ ਲਈ ਵੀ ਇੱਕ ਬਹੁਤ ਵੱਡਾ ਖਿਲਾਫ, ਉਹਦਾ ਫਾਦਰ ਪਹਿਲੇ ਚਲਾ ਗਿਆ, ਹੁਣ ਮੇਰੇ 'ਤੇ ਜ਼ਿੰਮੇਵਾਰੀ ਇਹ ਵੀ ਨਾਲ ਕਰ ਦਿੱਤੀ। ਹੌਸਲੇ 'ਚ ਨੇ ਸਾਡੇ ਭਾਬੀ ਜੀ ਵੀ ਹੌਸਲੇ 'ਚ ਨੇ, ਉਹ ਵੀ ਹੌਸਲੇ 'ਚ ਨੇ, ਅਤੇ ਬਜ਼ੁਰਗ ਮਾਂ ਵੀ ਫਿਰ ਉਹਨਾਂ ਬੱਚਿਆਂ ਨੂੰ ਦੇਖ ਕੇ ਇਸੇ ਤਰ੍ਹਾਂ ਗੁਜ਼ਾਰਾ ਕਰਨਗੇ, ਕਿਉਂਕਿ ਗੁਰਬਾਣੀ 'ਤੇ ਅਤੁੱਟ ਵਿਸ਼ਵਾਸ ਇਸ ਪਰਿਵਾਰ ਨੂੰ ਉਹਨਾਂ ਦਾ, ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਣ, ਇਹਨਾਂ ਨੂੰ ਤੰਦਰੁਸਤੀ ਬਖਸ਼ਣ, ਤੁਹਾਡੇ ਸਾਰੀਆਂ ਦੀਆਂ ਦੁਆਵਾਂ ਇਸ ਗੁਰੂ ਮਹਾਰਾਜ ਦੀ ਕਿਰਪਾ, ਤਾਂ ਹੀ ਆਪਾਂ ਇਸ ਚੰਗੇ ਸ਼ਰਧਾ ਦੇ ਫੁੱਲ ਜਾਂ ਚੰਗੀ ਸ਼ਰਧਾਂਜਲੀ ਇਹ ਆਪਾਂ ਦੇ ਸਕਦੇ ਹਾਂ। ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਜਿਹੜੇ ਪੰਜ ਕੁ ਮਿੰਟ ਬਾਅਦ ਤੋਂ ਲੈ ਲਿਆ ਉਹਦੀ ਮਾਫ਼ੀ ਮੰਗਦਾ ਤੁਹਾਡੀ ਸਾਰੀ ਸੰਗਤ ਕੋਲੋਂ, ਔਰ ਗੁਰੂ ਕਿਰਪਾ ਕਰੇ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਹ ਦਸਤਾਰ ਪੇਂਟ ਕਰਨਗੇ ਗੁਰੂ ਦਰਬਾਰ ਵੱਲੋਂ, ਇਸ ਦੇ ਪਰ ਵੱਡੇ ਬੇਟੇ ਨੂੰ ਮਕਾਂ ਹੋਗਾ ਸਟੇਜ ਦੇ ਨੇੜੇ ਆ, ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਗੁਰੂ ਕਾ ਲੰਗਰ ਬੜੇ ਪਿਆਰ ਅਤੇ ਸ਼ਰਧਾ ਨਾਲ ਬਣਾਇਆ ਥੱਲੇ।
ਉਹ ਵੀ ਆਪਾਂ ਸਾਰਿਆਂ ਨੇ ਛੱਕ ਕੇ ਜਾਣਾ ਔਰ ਇਹ ਇਹਨਾਂ ਨੂੰ ਦੁਆਵਾਂ ਦਿੰਦੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।